ਪ੍ਰਤਾਪ ਸਿੰਘ ਬਾਜਵਾ ਜੀ ਪ੍ਰੈਸ ਕਾਨਫਰੰਸ ਨੂੰ ਕੀ ਕਹਿ ਰਹੇ ਆ ਆਪ ਦੇਖਦੇ ਹੋ ਕਿ ਕੰਪਲੀਟ ਮੰਗੇਰੀ ਲਾਲ ਦੇ ਰੰਗੀਨ ਸਪਨੇ ਇਹਨਾਂ ਦਾ ਆਪ ਦਾ ਸੁਪਰੀਮੋ ਵਿਖਾਉਂਦਾ ਰਿਹਾ। ਅਰਵਿੰਦ ਕੇਜਰੀਵਾਲ ਨੂੰ ਮੈਂ ਹੌਲੀ ਸੋਲੀ ਰਿਸਪੋਂਸੀਬਲ ਸਮਝਾਂਗਾ ਜਿਹੜਾ ਪੰਜਾਬ ਨਾਲ ਧੋਖਾ ਹੋਇਆ। ਸਾਰਿਆਂ ਨੂੰ ਪਹਿਲੇ ਮੈਂ ਸਟਾਰਟ ਕਰਨਾ ਚਾਹੁੰਦਾ, ਮੇਰੇ ਕੋਲ ਇਸ ਟਾਈਮ ਵੀਡੀਓ ਹੈ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਗੱਲ ਕਹੀ ਸੀ ਕਿ ਪੰਜਾਬ ਦਾ ਟੋਟਲ ਬਜਟ 1,70,000 ਕਰੋੜ ਅਤੇ ਜੇ ਪੰਜਾਬ ਦੇ ਵਿੱਚ ਵੱਖ ਵੱਖ ਆ ਜਿਹੜੇ ਕੰਮ ਅਸੀਂ ਦੇਈਦੇ ਹੁਣ ਮੇਰਾ ਤਾਂ ਹੈ ਨਹੀਂ ਯਾਰ, ਜਿਹਦੇ ਵਿੱਚੋਂ 25% ਵੀ ਰਿਸ਼ਵਤ ਕੱਢ ਲਓ ਅਤੇ ਉਸ ਟਾਈਮ ਕਹਿੰਦੇ ਸੀ 40,000 ਕਰੋੜ ਰੁਪਈਆ ਬਣ, ਇਹ ਹੁਣ ਬਜਟ ਇਹਨਾਂ ਦਾ ਹੋ ਗਿਆ 2,00,000 ਕਰੋੜ। ਸਾਰਿਆਂ ਨੂੰ ਪਹਿਲੇ ਤਾਂ ਮੈਂ ਪੁੱਛਣਾ ਚਾਹੁੰਦਾ ਜੇ 25% ਦੇ ਹਿਸਾਬ ਨਾਲ ਚੱਲੋ ਤਾਂ 50,000 ਕਰੋੜ ਤਾਂ ਉਹੀ ਨਿਕਲਣਾ ਚਾਹੀਦਾ ਬਾਹਰ, ਉਹ ਕਿਉਂ ਇਹਦੇ ਵਿੱਚ ਇਹਨਾਂ ਦੇ ਬਜਟ ਵਿੱਚ ਅਰਵਿੰਦ ਕੇਜਰੀਵਾਲ ਦੀ ਜਿਹੜੀ ਗੱਲ ਸੀ ਉਹ ਕਿਉਂ ਵਿਖਣੀ। ਨੰਬਰ 2, 20,000 ਕਰੋੜ ਰੁਪਈਆ ਇਹਨਾਂ ਨੇ ਰੇਤ ਦਾ ਕਿਹਾ ਸੀ, ਰੇਤ ਦੇ ਵਿੱਚ 135 ਕਰੋੜ ਰੁਪਈਆ ਆਇਆ। ਇਹ ਵੱਡਾ ਪ੍ਰਸ਼ਨ ਚਿੰਨ ਹਰ ਪੰਜਾਬੀ ਦਾ, ਸਾਡਾ ਇਹ ਕਹਿਣਾ ਹਰ ਪੰਜਾਬੀ ਦਾ ਕਹਿਣਾ ਕਿ ਵੱਡੇ ਪੈਮਾਨੇ 'ਤੇ 1 ਸਾਲ ਲਗਾਤਾਰ ਲੋਕਾਂ ਨੂੰ ਇਹਨਾਂ ਬੇਵਕੂ ਬਣਾਇਆ, ਇਲੀਗਲ ਮਾਈਨਿੰਗ ਹੋਈ ਹੈ, ਆਪ ਦੀ ਲੀਡਰਸ਼ਿਪ ਨੇ ਮਾਈਨਿੰਗ ਕਰਾਈ ਹੈ, ਮੁੱਖ ਮੰਤਰੀ ਦੀ ਦੇਖ ਰੇਖ ਵਿੱਚ ਇਹ ਸਾਰਾ ਕੰਮ ਹੋਇਆ। 19,865 ਕਰੋੜ ਰੁਪਏ ਦਾ ਚੂਨਾ ਪੰਜਾਬ ਦੇ ਬਜਟ ਵਿੱਚ ਲੱਗਾ, 19,865 ਕਰੋੜ। ਸੋ ਸਿੱਧੇ ਤੌਰ ਇਹ ਇਨਵੈਸਟੀਗੇਸ਼ਨ ਦੀ ਅਸੀਂ ਜਿਹੜੀ ਗਵਰਨਰ ਸਾਹਿਬ ਕੋਲ ਮੰਗ ਕੀਤੀ ਸੀ, ਇਟ ਇਜ਼ ਅ ਵੈਰੀ ਸੀਰੀਅਸ ਇਸ਼ੂ, ਕਿਉਂਕਿ ਇਹ ਗੱਲ ਇਹਨਾਂ ਨੇ ਖੁਦ ਐਂਡ ਇਹ ਅਰਵਿੰਦ ਕੇਜਰੀਵਾਲ ਦੀ ਗਰੰਟੀ। ਹੁਣ ਅਸੀਂ ਇੱਥੇ ਆ ਜਾਈਏ, ਤੁਸੀਂ ਵੇਖੋ ਇਹਨਾਂ ਨੇ ਤਿੰਨੋਂ ਯੂਨੀਵਰਸਿਟੀਜ਼ ਨੂੰ ਜਿਹੜੀਆਂ ਪੰਜਾਬ ਦੀਆਂ ਨੇ ਉਹਨਾਂ ਨੂੰ ਕੋਈ 990 ਕਰੋੜ ਰੁਪਏ ਇਹਨਾਂ ਗ੍ਰਾਂਟ ਵਿੱਚ ਦਿੱਤਾ ਕਿ ਅਸੀਂ ਇਹਨੂੰ ਦੇਵਾਂਗੇ। ਕੱਲ੍ਹ ਹੀ ਪੰਜਾਬੀ ਯੂਨੀਵਰਸਿਟੀ ਜਿਹੜਾ ਇਸ਼ੂ ਮੈਂ ਅੰਦਰ ਚੁੱਕਣਾ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਰਵਿੰਦ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ ਸਾਲ ਗਵਰਨਮੈਂਟ ਆਉਂਦੇ ਹੀ ਚੰਦ ਦਿਨਾਂ ਬਾਅਦ ਭਗਵੰਤ ਮਾਨ ਸਾਡੇ ਕੈਂਪਸ 'ਚ ਆਇਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ। ਇਹ ਗੱਲ ਕਹੀ ਕਿ ਮੇਰਾ ਬਾਪ ਇੱਕ ਮਾਸਟਰ ਰਿਹਾ, ਮੈਂ ਮਾਸਟਰ ਦਾ ਮੁੰਡਾ, ਮੈਂ ਐਜੂਕੇਸ਼ਨ ਦੀ ਬੜੀ ਕਦਰ ਕਰਨਾ, ਮੈਂ ਵੀ ਸਟੂਡੈਂਟ ਪੰਜਾਬੀ ਯੂਨੀਵਰਸਿਟੀ ਦਾ ਰਿਹਾ, ਮੈਂ ਇਨਸ਼ੋਰ ਕਰਾਂਗਾ ਕਿ ਐਜੂਕੇਸ਼ਨ ਜਿਹੜਾ ਹੈ, ਜਿਹੜਾ ਐਜੂਕੇਸ਼ਨਲ ਇੰਸਟੀਟਿਊਸ਼ਨ ਕਰਜ਼ੇ ਥੱਲੇ ਨੇ, ਡੈਟ ਥੱਲੇ, ਇਹਨਾਂ ਨੂੰ ਕੱਢਣਾ ਸਾਡੀ ਜ਼ਰੂਰਤ। ਪਿਛਲੇ ਸਾਲ ਇਹਨਾਂ ਦੀ ਗਵਰਨਮੈਂਟ ਨੇ 200 ਕਰੋੜ ਰੁਪਇਆ ਗ੍ਰਾਂਟ ਦਿੱਤੀ ਸੀ, ਇਕੱਲੀ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰ, ਫਿਰ ਇਹਨਾਂ ਨੇ ਪੇ ਕਮਿਸ਼ਨ ਐਕਸੈਪਟ ਕਰ ਲਈ ਜਿਹਦੇ ਨਾਲ 100 ਕਰੋੜ ਰੁਪਈਆ ਸੈਲਰੀ ਦਾ ਵੱਧ ਗਿਆ। ਇਸ ਸਾਲ ਇਹਨਾਂ ਨੇ 200 ਕਰੋੜ ਗ੍ਰਾਂਟ ਦੀ ਜਗ੍ਹਾ ਕੱਟ ਕਰਕੇ 164 ਕਰ ਦਿੱਤੀ। ਵਾਈਸ ਚਾਂਸਲਰ ਦਾ ਕਹਿਣਾ ਹੈ, ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਨਹੀਂ, ਡਾਕਟਰ ਅਰਵਿੰਦ ਜੀ ਦਾ ਕਹਿਣਾ ਕਿ ਜੇ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਪੰਜਾਬੀ ਲੈਂਗੁਏਜ ਨੂੰ ਅਤੇ ਸਾਡੇ ਕਲਚਰ ਨੂੰ ਪ੍ਰਜ਼ਰਵ ਕਰਨ ਵਾਸਤੇ ਯੂਨੀਵਰਸਿਟੀ ਬਣੀ ਹੈ, ਜੇ ਸਹੀ ਪੈਣ ਸੁਧਿਰ ਹੈ ਨੇ ਆਪ ਵਾਲੇ ਅਤੇ ਗ੍ਰਾਂਟ ਘੱਟ ਤੋਂ ਘੱਟ 164 ਤੋਂ 360 ਕਰੋੜ ਰੁਪਈਆ ਕਰ, ਅਦਰਵਾਈਜ਼ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਨਹੀਂ ਚੱਲ ਸਕਦੀ, ਯੂਨੀਵਰਸਿਟੀ ਬੰਦ ਹੋ ਜਾਏ। ਮੈਂ ਇੱਥੇ ਅੱਜ ਆਪ ਦੀ ਸਰਕਾਰ ਨੂੰ ਅਤੇ ਵਿਸ਼ੇਸ਼ ਤੌਰ ਚੀਮਾ ਸਾਹਿਬ ਨੂੰ, ਫਾਈਨੈਂਸ ਮਿਨਿਸਟਰ ਨੂੰ ਕਹਾਂਗਾ ਕਿ ਜਿਹੜਾ 750 ਕਰੋੜ ਪੰਜਾਬ ਦੇ ਟੈਕਸ ਪੇਅਰ ਦਾ ਪੈਸਾ ਤੁਸੀਂ ਮੀਡੀਆ ਦੇ ਵਿੱਚ ਫੁੱਲ ਪੇਜ ਐਡਸ ਦੇ ਕੇ 750 ਕਰੋੜ ਦਾ ਬਜਟ ਰੱਖਿਆ, ਮੇਰੀ ਪ੍ਰਪੋਜ਼ਲ ਹੋਏਗੀ ਜੇ ਤੁਸੀਂ ਪੰਜਾਬ ਨੂੰ ਇਨਸਾਫ ਦੇਣਾ ਚਾਹੁੰਦੇ ਹੋ, ਆਪਣੀ ਐਜੂਕੇਸ਼ਨ ਨੂੰ ਇਨਸਾਫ ਦੇਣਾ ਚਾਹੁੰਦੇ ਹੋ, ਜੇ ਨਾ ਯੂਨੀਵਰਸਿਟੀ ਨੂੰ ਬਚਾਉਣਾ ਚਾਹੁੰਦੇ ਹੋ, ਜੇ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਹੋ, ਜੇ ਆਪਣੇ ਕਲਚਰ ਨੂੰ ਬਚਾਉਣਾ ਚਾਹੁੰਦੇ ਹੋ, 750 ਕਰੋੜ ਸਾਰੇ ਦਾ ਸਾਰਾ ਬਜਟ ਕੱਟ ਕਰਕੇ ਇਹ ਤਿੰਨੋਂ ਹੀ ਯੂਨੀਵਰਸਿਟੀਜ਼ ਜਿਹੜੀਆਂ ਸਾਡੀਆਂ ਉਹਨਾਂ ਨੂੰ ਦੇ ਦਿੱਤਾ ਜਾਏ, ਤੁਹਾਡੀ ਬੱਲੇ ਬੱਲੇ ਇਸੇ 'ਚ ਹੋ ਜਾਏਗੀ, ਝੂਠੀ ਬੱਲੇ ਬੱਲੇ ਝੂਠੀ ਸ਼ੌਹਰਤ 'ਚੋਂ ਕੁਝ ਨਹੀਂ ਨਿਕਲ। ਅਦਰਵਾਈਜ਼ ਅੱਜ ਇੰਡਸਟਰੀ ਸਾਰੇ ਇੰਡਸਟਰੀਅਲ ਕੈਪਟਨਸ ਵੱਲੋਂ ਤੁਸੀਂ ਵੇਖੋ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਟੋਟਲ ਇੰਡਸਟਰੀ ਡਿਸਮੇਡ ਹੈ। ਉਹ ਕਹਿੰਦੇ ਸਾਨੂੰ ਚੁਆਨੀ ਇਹਦੇ 'ਚੋਂ ਨਹੀਂ ਲੱਭਿਆ, ਗਰੀਬ ਲੋਕਾਂ ਨੂੰ ਕੁਝ ਇਹਦੇ ਵਿੱਚੋਂ ਨਹੀਂ ਲੱਭਿਆ। ਬਿਜਲੀ ਦੇ ਬਿੱਲਾਂ ਦੀ ਇਹ ਗੱਲ ਜ਼ਰੂਰ ਕਰਦੇ ਨੇ, ਪਰ ਜਿਹੜਾ 22,000 ਕਰੋੜ ਰੁਪਏ ਦਾ ਸਬਸਿਡੀ ਹੈ PSPCL ਸਾਹਮਣੇ, ਸਾਨੂੰ ਇਹ ਖਦਸ਼ਾ ਅੱਜ ਹਰਪਾਲ ਚੀਮਾ ਜੀ
इस गल नूं क्लीयर करन कि पंजाब दी किसानी नूं की पंजाब दी इंडस्ट्री नूं की साडे जिहड़े डोमैसटिक कंज्यूमर्स ने पंजाब दे तुसीं इंश्योर करोगे बिजली कंप्लीट 24 घंटे बिजली। सानू यह खदशा जिहड़े PSPCL दे इंजीनियर्स ने उन्होंने भी यह गल एसोसीएशन के इंजीनियर्स ने गल क्लीयर की है कि इस टाइम अप्रैल तो ऑनवर्ड्स पंजाब बिल्कुल हनेरे दे विच चला जाएगा, बिजली इतों कटी जाएगी, बिजली की अवेलेबिलिटी नहीं होएगी, हाहाकार मच जाएगी। सो ये सारे मसले ये लॉ एंड ऑर्डर का मसला बाकी सारिया चीज़ा जड़िया ने वो बाद डिस्कस करांगे। एक ये गन्ने के किसान जिहड़े विशेष तौर माझे ते दुआबे दे विच उन्हां दा तकरीबन 800 करोड़ रुपया अजे पेंडिंग है। ये कहिंदे सी असीं जी गन्ने का रेट वधाया, गन्ने का रेट ते वधाण दा तां लाभ है जे किसानां नूं पूरे दिन पेमेंट मिले। 3-3 महीने हो गए ने सहरपाल सिंह चीमा जी, ध्यान करो चंगी तरह, 250 करोड़ तो ते वध कोपरेटिव डिपार्टमेंट का पैसा जिहड़ा किसानां वाले। साडे सैशन तो एक दिन पहले तुसी चंद करोड़ रुपया वेच पाया जिहड़ा 50 रुपये गवर्नमेंट ने सबसिडी देनी सी मिलां नूं, वो एक रकम पाई है 70 करोड़ रुपए। 250 करोड़ ताडे वाले है, तो प्राइवेट मिलों वाल तकरीबन 450 करोड़ रुपये। ये सारिया चीज़ों का अज जवाब देन पंजाब का हर वर्ग, भावें अनइंपलॉयड ने, भावें इंपलॉयड ने, भावें साड़ी इंडस्ट्री है, भावें खेत मजदूर है, भावें किसान है, दे आर टोटली डिसमे। कोई किसानों वास्ते चीज़ है नहीं जिहड़ा कहिंदे 13,000 करोड़ रुपये असी किसानी नूं दे रहे हैं एग्रीकल्चर सैक्टर, उहदे चों 8,000 करोड़ दी ते निरी बिजली दी सबसिडी पर जिहड़ी ऑलरेडी चलती आई है डिवर्सीफिकेशन वास्ते। एंड सारे नूं वड्डी गल जिहड़े पानी दा लैवल अलार्मिंगली फॉल कर रहा पंजाब, उहदे वाले इस गवर्नमेंट दा ध्यान ही कोई नहीं। मैं तो इन्हां नूं राय दऊंगा कुछ पैसा बाकी कमां विचों कढो, मैं विशेष तौर नहीं इन्हों दसना चाहता कितों कढो, कढ के पंजाब का डिगदा होया पानी जिहड़ा इनू रोकण वास्ते इहदा प्रविधान किया जाए, इधर ध्यान करो। बाकी गल्लां बार अपनी रंगला पंजाब और पाल चीमा जी जिस हिसाब नाल तुसीं तुरे हो 40,000 का कर्जा चुक लिया 5 सालां 2 लाख करोड़ होर लैके 4.5 लाख करोड़ से छड़ जाणा, तुसीं कितें कंगला ना कर दिओ पंजाब, तुसीं रंगला लभदे फिरदे रंगला कित्थों होणा। पीलिया दस्तारा बनने वाले ने 92 7 के सिर ते रह गई, ये भी अगले सैशन तक कोई टावा टावा लभना पीली पग वाला। इन्हां नूं पहले पता है कि इस नालों पीली पग जिहड़ी है इहनूं टाइम सिर ही दस्तार दा रंग बदल लो, नहीं तां लोकां ने बाहर जिहड़ा हाल करना उह तुहानूं साफ नज़र आ जाणा। मेरा एक अखीरली चेतावनी कि 3 महीनिआं बाद भगवंत मान जी तुहाडे हल्के जी लोकां ने तुहानूं शीशा विखा दित्ता सी, दूजा शीशा तुहानूं जलंधर दी जिहड़ी पार्लीमेंट दी बायपोल है उह विखाएगा, तुहाडी असल लोकप्रियता जिहड़ी है तुहानूं उत्थों नज़र आ जाएगी। तो मेरी अगली पेश कोई भी सुन लो, जलंधर पार्लीमेंट इलेक्शन कांग्रेस वड्डे मार्जिन जितेगी, आप तीजे या चौथे नंबर पर रहेगी, उस तो बाद भगवंत मान चंद महीनों का प्रौहना रह गया। यह भी मैं एक पेश कोई की पार्लीमेंट की इलेक्शन तो पहले भगवंत मान बदलेगा, आपकी लीडरशिप जो मैनू पता लगा सोर्सिस तो सीरीयसली विचार रही है कि इनू इस आदमी जिन्हें उन्हों की पोजिशन भी एम्बेरस की सारे देश भर के अपने एटीट्यूड के नालू किस तरह रुखसत किया जाए। ऑलरेडी प्लैन इज ऑन द वे, दे आर ऑलरेडी प्लैनिंग हाउ टू गैट रेड ऑफ भगवंत मान। देखो गरीब वर्ग को 1,000 रुपया वॉज द गरंटी, 18 साल तो वादिया साडियां नौजवान बच्चियां साडियां पैणा साडियां मातावां नूं 1,000 रुपया फी महीना यह गरंटी सी अरविंद केजरीवाल की गवर्नमेंट मार्च फॉर्म आई असी अप्रैल के महीने
ਤੁਹਾਨੂੰ 1000 ਰੁਪਇਆ ਮਹੀਨੇ ਦਾ ਸੋਸ਼ਲ ਸਿਕਿਉਰਿਟੀ ਦਿਆ ਕਰਨਗੇ। ਸਾਲ ਗੁਜ਼ਰਨ ਤੋਂ ਬਾਅਦ ਵੇਖੋ ਅਨਫੋਰਚੂਨੇਟ ਕਿੰਨਾ। ਹਰਪਾਲ ਚੀਮਾ ਜੀ ਨੇ ਜ਼ਿਕਰ ਤੱਕ ਵੀ ਨਹੀਂ ਕੀਤਾ, ਕੋਈ ਝੂਠਾ ਸੱਚਾ ਹੀ ਕਰ ਦੋ। ਉਹ ਐਡਵਾਂਸ ਡੇਟ ਹੀ ਦੇ ਦਿੰਦੇ ਕਿ ਮੈਂ 3 ਮਹੀਨੇ 6 ਮਹੀਨੇ ਬਾਅਦ ਦੇਵਾਂਗਾ। ਦੇਰ ਇਜ਼ ਨੋ ਮੈਂਸ਼ਨ ਅਬਾਊਟ ਹਾਊ ਮਚ ਆਫ ਮਨੀ ਵਿਲ ਦੇ ਕਲੈਕਟ ਮਾਈਨਿੰਗ ਦੇ ਵਿੱਚ। ਐਕਸਾਈਜ਼ ਪਾਲਿਸੀ ਇਜ਼ ਆਲਸੋ ਫੇਲਿੰਗ। ਐਕਸਾਈਜ਼ ਪਾਲਿਸੀ ਦੇ ਵਿੱਚ ਤੇ ਕਾਟਲਾਈਜੇਸ਼ਨ ਹੋਣ ਵਾਲੀ ਹੈ। ਜਿਸ ਤਰ੍ਹਾਂ ਇਹਨਾਂ ਨੇ L1s ਨੂੰ 5 ਕਰੋੜ ਤੋਂ 45 ਕਰੋੜ ਕਰ ਦਿੱਤਾ, ਦੈਟ ਮੀਨਸ ਇਹ ਕੰਪੀਟੀਸ਼ਨ ਘਟਾਉਣਾ ਚਾਹੁੰਦੇ ਨੇ। ਇਹ ਬੇਸਿਕਲੀ ਮਤਲਬ ਹੈ ਕਿ 5-4 ਵੱਡੇ ਠੇਕੇਦਾਰਾਂ ਨੂੰ ਸਾਰਾ ਪੰਜਾਬ ਦੇਣਾ ਚਾਹਣਗੇ, ਅਤੇ ਉਹਨਾਂ ਕੋਲੋਂ ਜੋ ਇਹਨਾਂ ਦਿੱਲੀ 'ਚ ਕੀਤਾ ਤਾਂ ਪਹਿਲੇ ਸਾਲ 'ਚ ਪੰਜਾਬ 'ਚ ਕੀਤੇ, ਇੱਥੋਂ ਹੀ ਪੈਸੇ ਲੈਣਗੇ ਇਹਨਾਂ ਕੋਲ, ਕਮਿਸ਼ਨ ਲੈਣਗੇ, ਪੈਸੇ ਲੈਣਗੇ। ਵੇਖੋ ਇੱਕ ਮੇਰੀ ਗੱਲ ਇੱਕ ਮੋਟੇ ਤੌਰ ਸ਼ਾਮਿਲ, LOC ਜਾਰੀ ਕਰਨਾ ਸੀ ਤਾਂ ਪਹਿਲੇ ਆ ਸਰਾਰੀ ਦੇ ਤੇ ਕਰਦੇ ਚਰਨਜੀਤ ਸਿੰਘ ਚੰਨੀ ਨੂੰ LOC। ਮੈਂ ਇੱਕ ਤੁਹਾਨੂੰ ਇਹਨਾਂ ਦੀ ਸਟ੍ਰੈਟੇਜੀ ਦੱਸ, ਇਹ ਸਾਰੀ ਸਟ੍ਰੈਟੇਜੀ ਜਿਹੜੀ ਹੈ ਭਗਵੰਤ ਮਾਨ ਦੀ, ਇਹਨਾਂ ਦੀ ਸਰਕਾਰ ਦੀ ਇਹ ਬਣੀ ਹੈ ਵਿਦ ਟੇਕਿੰਗ ਜਲੰਧਰ ਬਾਈ ਇਲੈਕਸ਼ਨ ਇਨ ਕੰਸੀਡਰੇਸ਼ਨ। ਕਾਂਗਰਸ ਦੀ ਲੀਡਰਸ਼ਿਪ ਨੂੰ, ਕਿਉਂਕਿ ਦਲਿਤ ਸਾਡਾ ਚੀਫ ਮਿਨਿਸਟਰ ਸੀਗੇ, ਉਹ ਸਮਝਦੇ ਨੇ ਇਹਦੀਆਂ ਸਰਵਿਸਿਜ ਕਾਂਗਰਸ ਨੇ ਇਸਤੇਮਾਲ ਕਰਨੀਆਂ ਨੇ, ਇਹਨਾਂ ਨੂੰ ਡਰਾਓ ਧਮਕਾਓ। ਕੁਝ ਹੋਰ ਬੰਦਿਆਂ ਨੂੰ ਕਾਂਗਰਸ ਨਾਲ ਤੁਲਕ ਰੱਖਣ ਵਾਲੇ ਜੋ ਸਾਨੂੰ ਇਤਲਾਹ ਹੈ, ਉਹਨਾਂ ਦੀ ਵੀ ਇਸ ਤਰ੍ਹਾਂ ਦੇ ਹੀ ਇਹ ਐਕਸ਼ਨ ਵਿਜੀਲੈਂਸ ਵੱਲੋਂ ਕਰਾਉਣਗੇ। ਬੇਸਿਕਲੀ ਇਹ ਡਿਮੋਰਲਾਈਜ਼ ਕਰਨਾ ਚਾਹੁੰਦੇ ਨੇ ਕਾਂਗਰਸ ਰੈਂਕ ਐਂਡ ਫਾਈਲ ਨੂੰ। ਦਿਸ ਇਜ਼ ਪਾਰਟ ਆਫ ਅ ਸਟ੍ਰੈਟੇਜੀ ਆਫ ਦੀ ਆਪ, ਦੇ ਵਿਲ ਨੋਟ ਸਕਸੀਡ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਦੇ ਵਿਲ ਨੋਟ ਸਕਸੀਡ, ਦੇ ਵਿਲ ਮਿਜ਼ਰੇਬਲੀ ਫੇਲ। ਇਹਦੇ ਨਾਲ ਲੋਕਾਂ ਦਾ ਗੁੱਸਾ ਹੋਰ ਇਹਨਾਂ ਵੱਲ ਵੱਧ ਰਿਹਾ ਕਿ ਜੇ ਕਰਨਾ ਤਾਂ ਪਾਰਦਰਸ਼ੀ ਨਾ ਕਰੋ, ਫਿਰ ਸਰਦਾਰੀ ਵੀ ਕਾਬੂ ਕਰੋ, ਫਿਰ ਤੁਹਾਡਾ ਸਿੰਗਲਾ ਬੈਠਾ ਇਹਨੂੰ ਵੀ ਕਰੋ, ਫਿਰ ਤੁਹਾਡੇ 2 MP ਬੈਠੇ ਨੇ ਰਾਜ ਸਭਾ ਵਾਲੇ। ਅਜੇ ਵੇਖੋ ਅਸੀਂ ਹਾਊਸ ਕਮੇਟੀ ਦੀ ਮੰਗ ਕੀਤੀ, ਅਜੇ ਤੱਕ ਉਹਦੇ 'ਤੇ ਕੋਈ ਸਪੀਕਰ ਨੇ ਉਹਦੇ 'ਤੇ ਆਪਣਾ ਕੋਈ ਬਿਆਨ ਨਹੀਂ ਦਿੱਤਾ, ਗੁੰਮ ਸੁੰਮ ਹੋ ਗਏ। ਰਾਜੋ ਸਾਹਿਬ, ਇੱਕ ਚੇਤਨ ਸਿੰਘ ਜੋੜਾ ਮਾਝਾ ਵਾਲੀ ਜਿਹੜੀ ਵੀਡੀਓ ਇੱਕ ਸਾਹਮਣੇ ਆਈ ਹੈ, ਉਹਦੇ ਵਿੱਚ ਵੀ ਜਿਹੜੀ ਉਹ ਭਰਤ ਕਰਾਰੇ 42 ਸਾਲ ਦੀ। ਵੇਖੋ ਮੈਂ ਅੱਜ ਭਗਵੰਤ ਮਾਨ ਨੂੰ ਕਹੂੰਗਾ, ਅੱਜ ਅਸੈਂਬਲੀ ਬਜਟ ਜਿਹੜਾ ਲੇਟੈਸਟ ਚੱਲ ਰਿਹਾ ਬਜਟ ਸੈਸ਼ਨ, ਉਹਦਾ ਅਖੀਰਲਾ ਆਓ ਵੇਖੀਏ ਤੇਰੀ ਪਾਰਦਰਸ਼ਿਤਾ ਕਿੰਨੀ ਹੈ। ਜੋੜਾ ਮਾਜਰਾ ਜੀ ਨੇ ਆਪਣੇ ਹਲਕੇ ਵਿੱਚ ਸਮਾਣੇ 'ਚ ਬੈਠੇ ਆ, ਉਹਨਾਂ ਦੇ ਇੱਕ ਸਪੋਰਟਰ, ਹੋ ਸਕਦਾ ਉਹਨੂੰ ਇਸ ਗੱਲ ਦੀ ਨਾ ਜਾਣਕਾਰੀ ਹੋਏ, ਉਹਨਾਂ ਨੇ ਜੋੜਾ ਮਾਜਰਾ ਜੀ ਦੀ ਤਾਰੀਫ ਕਰਦੇ ਗੱਲ ਕਹੀ ਕਿ ਮੇਰੀ ਭਤੀਜੀ ਸਮਾਣੇ ਦੀ ਇੱਕ ਲੜਕੀ ਜਿਹੜੀ ਓਵਰ ਏਜ ਹੋ ਚੁੱਕੀ ਸੀ, 42 ਸਾਲ ਜਿਹਦੀ ਉਮਰ ਸੀ। ਮੈਂ ਉਹਨਾਂ ਨੂੰ ਕਿਹਾ, ਜੋੜਾ ਮਾਜਰਾ ਜੀ ਸਾਡੇ ਭਲੇ ਕੀ ਹੈ ਜੇ ਤੁਸੀਂ ਸਾਡੀ ਓਵਰ ਏਜ ਲੜਕੀ ਨੂੰ ਨੌਕਰੀ ਦਵਾ ਸਕਦੇ। ਜੋੜਾ ਮਾਜਰਾ ਜੀ ਨੇ ਗੱਲ ਕਰਕੇ, ਉਹ ਲੜਕੀ ਹੁਣ ਲੁਧਿਆਣੇ ਲੱਗੀ ਹੈ ਐਂਡ ਸ਼ੀ ਇਜ਼ ਅ ਡਾਕਟਰ ਓਵਰ ਏਜ, ਸੋ ਇਸ ਤੋਂ ਵੱਧ ਮੋਦੀ ਤਸਵੀਰ ਇਸ ਗਵਰਨਮੈਂਟ ਦੀ ਕੀ ਹੈ? ਵੇਖੋ ਇਸ ਤੋਂ ਪਹਿਲੇ ਇਹੀ ਸਰਕਾਰ ਜਿਹੜੇ ਪਟਵਾਰੀਆਂ ਦੇ ਟੈਸਟ ਫੇਲ ਕੀਤੇ ਸੀ, ਉਹੀ ਬੰਦਿਆਂ ਨੇ ਬਲੂਟੁੱਥ ਦਾ ਇਸਤੇਮਾਲ ਕਰਦੇ ਹੋਏ ਤਹਿਸੀਲਦਾਰਾਂ ਦੇ ਵਿੱਚ ਟੌਪ ਕਲਾਸ ਲਈ। ਆਹ ਦੂਜੀ ਇੱਕ ਉਦਾਹਰਣ ਆ ਗਈ ਹੈ ਕਿ ਜਿਹੜੀਆਂ ਏਜੰਸੀਆਂ, ਜਿਹੜੇ ਵੀ ਇਹ ਤੁਸੀਂ ਵੇਖ ਰਹੇ ਹੋ ਪਬਲਿਕ ਸਰਵਿਸ ਕਮਿਸ਼ਨ ਯੈਸਐਸ ਬੋਰਡ, ਇਹ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਹੈ ਇਹਨਾਂ 'ਤੇ ਕਿ ਜੇ ਇੱਕ ਓਵਰ ਏਜ ਲੜਕੀ ਨੂੰ ਇਹ ਨੌਕਰੀ ਦਵਾ ਸਕਦੇ ਇਹਨਾਂ ਦੇ ਮਿਨਿਸਟਰ। ਉਹਦੇ ਵਿੱਚ ਉਹਨੇ ਪੈਸਿਆਂ ਦਾ ਵੀ ਜ਼ਿਕਰ ਕੀਤਾ ਕਿ ਸਾਡੇ ਰਿਸ਼ਤੇਦਾਰ ਔਫਰ ਵੀ ਕਰਦੇ 15-20 ਲੱਖ ਰੁਪਈਆ ਵੀ ਲੈ ਲਓ ਅਤੇ ਕੰਮ ਕਰਾ ਦਿਓ। ਹੁਣ ਉਹ ਲਿਆ ਗਿਆ ਕਿ ਨਹੀਂ ਲਿਆ ਗਿਆ ਤਾਂ ਇਨਵੈਸਟੀਗੇਸ਼ਨ ਹੀ ਦੱਸੇਗੀ। ਆਓ ਵੇਖੀਏ ਭਗਵੰਤ ਮਾਨ, ਮੈਂ ਓਪਨ ਚੈਲੰਜ ਕਰਨਾ ਸੀ, ਆਓ ਵੇਖੀਏ ਕਿੱਡਾ ਕੁ ਪਾਰਦਰਸ਼ਨੀ ਹੈ ਤੂੰ, ਗੱਲਾਂ ਤਾਂ ਬਹੁਤ ਕਰਨਾ। ਬਾਹਰ ਚੁੱਕਣਾ ਤੇ ਸੁਣਦਾ ਨਹੀਂ ਅੰਦਰ, ਇਹ ਤੂੰ ਕੀ ਸਭ ਨੇ ਵੇਚੀ ਤੇ ਬੈਠੇ ਇੰਟੈਲੀਜੈਂਸ ਵਾਲੇ ਜਿਹੜੇ ਸੁਣਾ ਘੱਲਣ ਵਾਲੇ, ਰਿਕਾਰਡ ਵਿੱਚ ਤੇ ਸਾਰਾ ਕੁਝ ਹੀ ਲੈ ਕੇ ਆਵਾਂਗੇ। ਇਹਨਾਂ ਦਾ ਤੇ ਆਪਣਾ ਰਿਕਾਰਡ ਤਿਆਰ ਹੋਣ ਵਾਲਾ, ਇਹਨਾਂ ਨੇ ਕਿਸੇ ਦਾ ਰਿਕਾਰਡ ਨਹੀਂ ਬਾਹਰ ਦਾ। ਤੁਸੀਂ ਉਹੀ ਕੀਤਾ, ਮੁੱਖ ਮੰਤਰੀ ਆਏ ਤੇ ਤੁਸੀਂ ਬਾਹਰ ਆ ਗਏ ਬਜਟ ਵੇਲੇ ਵੀ। ਹਾਂਜੀ, ਪਹਿਲਾਂ ਤੁਸੀਂ ਬੈਠੇ ਸੀ ਮੁੱਖ ਮੰਤਰੀ ਤੇ ਉਹਦਾ ਹੀ ਤੁਸੀਂ ਕੱਲ ਫਿਰ ਬਾਹਰ ਆ ਗਏ। ਉਹ ਤਾਂ ਇੱਕ ਗੱਲ ਹੈ ਜਿਹੜਾ ਪੁਆਇੰਟ ਆਫ ਆਰਡਰ ਰਾਜੇ ਵੜਿੰਗ ਨੇ ਮੰਗਿਆ, ਸਪੀਕਰ ਨੇ ਜਦੋਂ ਮੁੱਖ ਮੰਤਰੀ ਵੇਖਿਆ, ਸਪੀਕਰ ਸਾਹਿਬ ਵੀ ਪਿੱਛੇ ਹੋ ਕੇ ਬਹਿ ਗਏ। ਜਿਹੜਾ ਇੱਕ ਬੁਨਿਆਦੀ ਰਾਈਟ ਹੈ ਪਾਰਲੀਮੈਂਟਰੀ ਇਹਦੇ ਮੁਤਾਬਕ, ਕਨਵੈਨਸ਼ਨਸ ਦੇ ਮੁਤਾਬਕ, ਪੁਆਇੰਟ ਆਫ ਆਰਡਰ ਪਾਰਲੀਮੈਂਟ ਦੇ ਵਿੱਚ ਅਸੈਂਬਲੀ ਵਿੱਚ ਇਜ਼ ਵੈਰੀ ਮੱਚ ਅਲਾਊਡ। ਜਦੋਂ ਵੀ ਕਿਸੇ ਮੈਂਬਰ ਨੇ ਭਾਵੇਂ ਬਜਟ ਹੋਏ ਕੁਝ ਹੋਏ ਸਪੀਚ, ਹਰ ਵਾਰ ਤੁਸੀਂ ਪਾਰਲੀਮੈਂਟ 'ਚ ਵੇਖਦੇ ਹੋ, ਇੱਕ ਵਾਰ ਨਹੀਂ ਕਈ ਵਾਰ ਹੁੰਦਾ, ਬਟ ਸਪੀਕਰ ਸਾਹਿਬ ਵੀ ਕੱਲ੍ਹ ਪਤਾ ਨਹੀਂ ਕਿਹਦੀ ਰੂਹ ਇਹਨਾਂ ਦੇ ਵਿੱਚ ਗਈ ਸੀ, ਕੱਲ੍ਹ ਇਹਨਾਂ ਦਾ ਜਿਹੜਾ ਜੋ ਰੂਪ ਰੰਗ ਸੀ ਉਹ ਹੈ ਹੀ ਡਿਫਰੈਂਟ ਸੀ।
जिस किस्म के सोबर ने या पढ़े लिखे ने या चंगे ने कल ही शोड अ वेरी बैड पिक्चर ऑफ हिमसेल्फ ही डिड नॉट कंडक्ट द हाउस फेयर उन्होंने जी कंडक्ट करन दी एक फेयर स्पीकर इज अब अ पार्टी ही डज नॉट रिमेन अ पार्टी मैंबर ही हैज टू बी पार्टीजन बट वो बकायदा तो पार्टी बन गए तुसी वेखो अज भी मैं सारे प्रेस वाले वीरां नूं तुहाडे ज़रिए क्योंकि पंजाब दे लोग सुन रहे हैं बाहर भी सुन अज दे दिन असी हाई कोर्ट दे विच इस सैशन तो बाद जा रहे हैं आई हैव ऑलरेडी एंगेज्ड अ लॉयर जिहड़ा इन्हां ने अंदर टेलीविजन लाया उत्थे बकायदा तौर सारी ओपोजिशन नूं कोई साडा चेहरा मूहरा नज़र नहीं आता एक आवाज़ आती है जां बैकग्राउंड चों आवाज़ आ रही है इन्हां ते सारा कैमरा फोकस चीफ मिनिस्टर ते मिनिस्टर ते इन्हां दे एमएलए ते हुंदा ओपोजिशन जो बोलती है लोगों को कन्न ला के सुनना पैंदा कि कह की रहे ने दूरबीन ला के वेखना पैंदा कि बोल कौन रहे दूरबीन ला के वेखना पैंदा इन्हां दे हसीन चेहरे जिहड़े ने साफ नजर आते ये मैनू दसो इस किस्म का जिहड़ा है पार्लीमेंट च भी चलता कितने भी इस किस्म का बराबर सारे विखाया जा उहदा मतलब है कि पार्टी पहले हथों ही हथियार सुट बैठी है इस तरह दियां आ जिहड़ियां इह चलाकियां है ने बहुत दूर तक नहीं पहुँचाणगी तिना महीनों च इन्होंने संगरूर लूज़ किया पहले साल च हुण जलंधर लूज़ करनगे ये जिन्ना मर्जी इत्थे ना विखाणगे तुसीं विखा दिंदे बाहर बट वी आर गोइंग इन टू द हाई कोर्ट आ मैं तुहानूं दस दवां पार्टी साडी हाई कोर्ट दे विच चैलेंज करन नूं जा रही है कि या तो फिर सारे नूं विखाया जाए कैमरा नहीं तो कैमरा बंद करो ब्यूरोक्रेट्स नाले मायने।